ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਮੋਗਾ ਜ਼ਿਲ੍ਹੇ ਦੇ ਪਿੰਡ ਮਾਣੋਕੇ ਦੇ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੀ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਿਰ ਵੱਖ ਵੱਖ ਬੈਂਕਾਂ ਦਾ 35 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਕਾਰਨ ਉਹ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦਿਆਂ ਰਾਤ ਨੂੰ ਆਪਣੇ ਆਪ ਨੂੰ ਰਾਈਫਲ ਨਾਲ ਚੁਬਾਰੇ ਵਿੱਚ ਗੋਲੀ ਮਾਰ ਲਈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ। ਟੈਨਸ਼ਨ ਕਰਕੇ ਅਜੇ ਘਟਨਾ ਬਿਲਕੁਲ ਕੀ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਮੌਤ ਕਿਸ ਤਰ੍ਹਾਂ ਹੋਈ ਇਹਨਾਂ ਦੀ? ਇਹ ਨਾ ਵੀ ਜਾਣੀ ਵੀ ਅੱਗੇ ਵੀ ਅਸਲਾ ਕੋਲੇ ਰੱਖ ਲੈਂਦੇ ਸੀਗੇ ਅਤੇ ਵੀ ਫੈਰ ਫੂਰ ਕਰ ਦਿੰਦੇ ਸੀ ਕਈ ਵਾਰ, ਜੇ ਕੋਈ ਬਾਹਰ ਉਹਨੂੰ ਲੱਗਣਾ ਕੋਈ ਵੀ ਕੁੱਤੇ ਭੌਂਕਦੇ ਜਾਂ ਕੋਈ ਉੱਦਾਂ ਦੀ ਗੱਲ ਅਤੇ ਘਰਦਿਆਂ ਨੇ ਵੀ ਚਲੋ ਤਾਂ ਜਾਂਦੇ ਜਾਂਦੇ ਘੱਟ ਹੀ ਸੀਗੇ, ਥੋੜ੍ਹਾ ਜਿਹਾ ਡਰਦੇ ਸੀ ਅਤੇ ਮੈਂ ਹੈ ਨਹੀਂ ਸੀਗਾ। ਉਹਨਾਂ ਨੇ ਮੁੜ ਕੇ ਕਿਤੇ ਫੈਰ ਹੋਇਆ, ਉਹਨਾਂ ਨੇ ਕਿਹਾ ਵੀ ਚਲੋ ਬਾਹਰ ਕੀਤਾ, ਠੀਕ ਹੈ ਵੀ ਵੈਸੇ ਕੀਤਾ ਹੋਊਗਾ ਅਤੇ ਉਹ ਤਾਂ ਜਦੋਂ ਹੁਣ ਸੁਬਾਹ ਪਤਾ ਲੱਗਿਆ ਫਿਰ ਸਾਡੇ ਚਾਚੇ ਦਾ ਲੜਕੀ ਲੱਗਦਾ। ਕਿਸ ਤਰ੍ਹਾਂ ਹੋਈ ਜੀ ਮੌਤ? ਇਹ ਜੀ ਸਾਨੂੰ ਖੈਰ ਸੁਬਾਹ ਫੋਨ ਗਿਆ ਜੀ, ਅਸੀਂ ਚੱਕ ਵਕਤੂ ਰਹਿੰਦੇ ਹਾਂ, ਇਹ ਇੱਥੇ ਰਹਿੰਦੇ ਸੀ ਅਤੇ ਸਾਨੂੰ ਪਤਾ ਲੱਗਿਆ ਵੀ ਕਹਿੰਦੇ ਆਪਦੇ ਫੈਰ ਮਾਰ ਲਿਆ ਜੀ, ਰਾਈਫਲ ਪਈ ਸੀ ਕੋਲੇ ਜੀ, ਉਹਨੇ ਪੈਰ ਦੇ ਨਾਲ ਜਿਹਨੇ ਨੱਪ ਕੇ ਫੈਰ ਮਾਰ ਲਿਆ ਜੀ ਆਪਦੇ। ਕਾਰਨ ਕੀ ਮੰਨਦੇ ਹੋ ਘਟਨਾ? ਕਾਰਨ ਤਾਂ ਅਸਲ 'ਚ ਕਰਜ਼ੇ 'ਤੇ ਦੁਖੀ ਸੀਗਾ ਜੀ, ਉਹ ਕਰਜ਼ਾ ਬਹੁਤ ਜ਼ਿਆਦਾ ਸੀਗਾ, ਹੁਣ ਵੀ ਬਹੁਤ ਚੜਿਆ ਪਿਆ ਸੀਗਾ ਜੀ। ਪਹਿਲਾਂ ਵੀ ਜ਼ਮੀਨ ਜ਼ਮੂਨ ਕਾਫੀ ਵੇਚਤੀ ਜੀ, 7 ਕਿੱਲੇ ਜ਼ਮੀਨ ਦੇ ਰਹਿ ਗਏ ਸੀਗੇ ਜੀ, 2 ਮੁੰਡੇ ਆ ਅਤੇ ਵਿਚਾਰੇ ਉਹ ਵੀ ਖੈਰ ਚਲੋ ਮਿਹਨਤ ਕਰਦੇ ਆ, ਖੈਰ ਵਿਚਾਰੇ ਬਣੇ ਬੂਟੇ ਤੋਂ ਕਰਦੇ ਹਨ। ਕੀ ਕਿੱਤਾ ਇਹਨਾਂ ਦਾ ਕੀ ਸੀ? ਕਿੱਤਾ ਤਾਂ ਇਹਨਾਂ ਦਾ ਇੱਕ ਬੇਟਾ ਦਾ ਟਰੱਕ ਚਲਾਉਂਦਾ ਜੀ ਅਤੇ ਦੂਸਰਾ ਵੀ ਡਰਾਈਵਰੀ ਕਰਦਾ ਜੀ ਉੱਥੇ ਰਾਮਪੁਰੇ ਜੀ। ਕਿਸਾਨੀ ਨਾਲ ਹੀ ਸੰਬੰਧਿਤ ਸੀ? ਹਾਂਜੀ, ਕਿਸਾਨੀ ਨਾਲ ਹੀ ਸੰਬੰਧਿਤ ਸੀ। ਹਾਂਜੀ, ਕਿੰਨਾ ਕੁ ਕਰਜ਼ਾ ਦੇਣ ਵਾਲਾ ਸੀਗਾ? ਕਰਜ਼ਾ ਸੀਗਾ ਜੀ 35-40 ਲੱਖ ਰੁਪਇਆ ਦੇ ਆਸ ਪਾਸੇ, ਮਤਲਬ ਪਤਾ ਲੱਗਿਆ ਜੀ। ਜਿਹੜਾ ਪਰੇਸ਼ਾਨੀ ਦਾ ਕਾਰਨ ਕਰਜ਼ਾ ਹੀ ਸੀ? ਹਾਂਜੀ, ਕਰਜ਼ਾ ਹੀ ਸੀਗਾ ਜੀ, ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ, ਗੋਲੀਆਂ ਗੋਲੀਆਂ ਜੀ, ਮਤਲਬ ਟੈਨਸ਼ਨ ਨਹੀਂ ਲੈਂਦਾ ਸੀਗਾ ਜੀ, ਡੱਬਾ ਵਾਲੇ ਤੋਂ ਦਵਾਈ ਵੀ ਲੈ ਕੇ ਆਉਂਦਾ ਹੁੰਦਾ ਟੈਨਸ਼ਨ ਦੀ ਹਰ ਵਕਤ ਅਤੇ ਉਹ ਵੀ ਖਿਆਲ ਰੱਖਦੇ ਸੀ, ਟੈਨਸ਼ਨ ਦੇ ਵਿੱਚ ਰਹਿੰਦਾ ਹਰ ਵਕਤ ਵੀ, ਪਰ ਪਤਾ ਨਹੀਂ ਕਿਉਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਵੀ ਆਹ ਵੀ ਹੋ ਸਕਦੀ। ਜਿਹੜਾ ਹੁਣ ਮੇਨ ਕਾਰਨ ਇਹਨਾਂ ਦਾ ਵੀ ਕਰਜ਼ੇ ਕਾਰਨ ਹੀ ਇਹਨਾਂ? ਹਾਂਜੀ, ਕਰਜ਼ੇ ਕਾਰਨ ਹੀ। ਹੁਣ ਕੀ ਚਾਹੁੰਦੇ ਕੀ ਤੁਸੀਂ? ਅਸੀਂ ਤਾਂ ਇਹੀ ਚਾਹੁੰਦੇ ਹਾਂ ਜੀ ਵੀ ਸਰਕਾਰ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ ਜੀ। ਇਹਨਾਂ ਸਿਰ ਪੈਸਾ ਬਹੁਤ ਕਰਜ਼ਾ ਸੀ ਜੀ। ਕਿੰਨਾ ਕੁ ਪੈਸਾ ਸੀਗਾ ਜੀ? ਇਹ ਸੀਗਾ 35-40 ਲੱਖ ਰੁਪਏ। ਕਿੱਥੋਂ ਕਿੱਥੋਂ ਦਾ ਦੇਣ ਵਾਲਾ ਸੀਗਾ? ਇਹਨਾਂ ਲੈਂਡ ਮਾਰੀ ਬੈਂਕ ਦਾ ਵੀ ਦੇਣਾ ਸੀਗਾ ਜੀ, ਨਿਆਲੇ ਵਾਲੇ ਅਤੇ ਕੋਆਪਰੇਟਿਵ ਸੋਸਾਇਟੀ ਦਾ ਵੀ ਦੇਣਾ ਸੀਗਾ ਜੀ ਅਤੇ ਪਿੰਡ ਲੋਕਲ ਜਿੱਥੇ ਜਿੱਥੇ ਗਹਿਣੇ ਵੀ ਬੈਠੇ ਕਰੀ ਬੈਠਾ ਇਸਤਾਮਾਂ ਦੇ ਉੱਤੇ ਉੱਥੇ ਸਾਡੇ ਪਿੱਛੇ ਜਿਹੜਾ ਪਿੰਡ ਚੱਕ ਵਕਤੂ ਉੱਥੇ ਵੀ ਸਟੇਟ ਬੈਂਕ ਦੇ ਉੱਤੇ ਲਿਮਿਟਾਂ ਬਣਾਈਆਂ, ਉੱਥੇ ਬਣਾਈਆਂ 7-8 ਲੱਖ ਨੇ, ਉੱਥੇ ਵੀ ਪੈਸੇ ਦੇਣਾ ਸੀ, ਉੱਥੇ ਵੀ 3 ਕਿੱਲੇ ਪਿੰਡ ਦਵਾ ਕਰਕੇ ਉੱਥੇ 4 ਕਰਜ਼ਾ ਹੋਣ ਕਰਕੇ ਅੱਜ ਇਹਨਾਂ ਕੀਤੀ। ਹਾਂਜੀ ਹਾਂਜੀ। ਕਿਸ ਤਰ੍ਹਾਂ ਮੌਤ ਕਿਸ ਤਰ੍ਹਾਂ ਹੋਈ? ਨਹੀਂ, ਇਹਨਾਂ ਫਾਇਰ ਮਾਰਿਆ ਜੀ ਆਪਣੇ। ਘਟਨਾ ਦਾ ਪਤਾ ਚੱਲਦੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਗੁਰਮੇਲ ਸਿੰਘ ਪੁੱਤਰ ਗੇਲਾ ਸਨੋਹ ਗੰਦੂਰ ਸਿੰਘ ਵਾਸੀ ਮਾਣੂਕੇ ਆਪਣੇ ਖੇਤਾਂ 'ਚ ਰਹਿੰਦਾ ਹੈਗਾ ਅਤੇ ਇਹਦੇ ਸਿਰ ਕਰਜ਼ਾ ਕੁਰਜ਼ਾ ਕੁਛ ਜ਼ਿਆਦਾ ਚੜ੍ਹ ਗਿਆ ਸੀਗਾ, ਵੀ ਪਰੇ ਟੈਨਸ਼ਨ ਦੇ ਵਿੱਚ ਰਹਿੰਦਾ ਸੀ, ਟੈਨਸ਼ਨ ਦੀ ਦਵਾਈ ਦਵੂਈ ਖਾਂਦਾ ਸੀ ਅਤੇ ਰਾਤ ਇਹਨੇ ਕੋਈ ਮਤਲਬ ਆਪਦੇ ਫਾਇਰ ਮਾਰ ਕੇ ਹੱਤਿਆ ਕਰ ਲਈ। ਬਾਕੀ ਅਸੀਂ ਕਾਰਵਾਈ ਕਰਦੇ ਹਾਂ, ਜੇ ਕੋਈ ਹੋਰ ਤੱਥ ਸਾਹਮਣੇ ਆਇਆ ਤਾਂ ਉਹ ਜੀ ਬਾਅਦ 'ਚ ਤੁਹਾਨੂੰ ਜਾਣਕਾਰੀ ਦੇਣਾ। ਕਿਹੜੀ ਗੱਲ ਸੀਗੀ ਜਿਹਦੇ ਨਾਲ? 12 ਬੋਰ ਹੈ ਜੀ। ਕੋਈ ਕਾਰਨ ਪਤਾ ਲੱਗਾ ਕੀ ਹੈ ਜੀ? ਕਾਰਨ ਤਾਂ ਬਸ ਕਰਜ਼ੇ ਤੋਂ ਤੰਗ ਤੁੰਗੀ ਸੀਗਾ ਜੀ। ਜੀ ਕਿੰਨਾ ਕੁ ਕਰਜ਼ਾ ਦੱਸਿਆ ਪਰਿਵਾਰ? ਕਰਜ਼ਾ 30-35 ਲੱਖ ਦੇ ਕਰੀਬ ਦੱਸਿਆ ਜੀ ਇਹਨਾਂ ਨੇ ਜੀ। ਹੁਣ ਕੀ ਕਾਰਵਾਈ ਕੀ ਕਰ ਰਹੇ ਹੋ? ਹੁਣ 176 ਦੀ ਕਾਰਵਾਈ ਕਰਦੇ ਜੀ ਕਰ, ਬਾਕੀ ਜੇ ਇਹੋ ਜਿਹੀ ਕੋਈ ਸਾਹਮਣੇ ਆਊਗੀ ਤਫਤੀਸ਼ ਦੇ ਵਿੱਚ ਉਹ ਕਾਰਵਾਈ ਬਾਅਦ 'ਚ ਕੀਤੀ ਜਾਊਗੀ ਜੀ। ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।